ਲੰਗਾਹ ਦੀ ਆਪਣੀ ਮਰਜ਼ੀ ਆ, ਐਵੇਂ ਤੁਰਿਆ ਫਿਰਦਾ ਨਾ ਕੋਈ ਗੱਲ ਨਾ, ਬਾਅਦ ਜਿੰਨ ਚਿਰ ਅਕਾਲ ਤਖ਼ਤ ਨੂੰ ਮਾਫ਼ ਨਹੀਂ ਕਰਦਾ ਤਾਂ ਉਹਨੂੰ ਜਾਣਾ ਨਹੀਂ ਚਾਹੀਦਾ, ਦੂਜੇ ਇਸ਼ੂ ਬਣਾ ਲੈਂਦੇ ਨੇ ਵੀ ਇਹ ਉਹਦਾ ਵਿਰੋਧ ਕਰਦੇ ਨੇ ਅਤੇ ਅਕਾਲੀ ਦਲ ਦੇ ਉੱਤੇ ਗੱਲ ਹੈ। ਅਕਾਲੀ ਦਲ ਦਾ ਲੰਗਾਹ ਨਾ ਕੁੱਤਾ ਲਿਖਣ, ਉਹਨੂੰ ਝੰਡੀਆਂ ਦਿਖਾਉਣ, ਉਹਨੂੰ ਚਿੱਟੀਆਂ ਦਿਖਾਉਣ, ਉਹਨੂੰ ਕਾਲੀਆਂ ਦਿਖਾਉਣ, ਨਾ ਉਹਨੂੰ ਪਾਰਟੀ 'ਚ ਹੀ ਲਿਆ, ਨਾ ਉਹਨੂੰ ਅਕਾਲ ਤਖ਼ਤ ਨੇ ਮਾਫ਼ ਕੀਤਾ। ਉਹ ਐਵੇਂ ਅਕਾਲੀ ਦਲ ਨਾਲ ਜੋੜ ਕੇ ਗੱਲ ਕਰਦੇ, ਉਹ ਇੰਡੀਵਿਜੁਅਲ ਗੱਲ ਆ, ਉਹ ਜਾਂਦਾ ਤਾਂ ਉਹਨੂੰ ਰੋਕਣ, ਸਾਨੂੰ ਤਾਂ ਕੋਈ ਤੈਰਾਕੀ ਜੇ ਕੋਈ ਗੱਲ ਹੋਏਗੀ ਤਾਂ ਸਾਡੇ ਵਰਗੇ ਡਟੇ ਨੇ ਬੂਥਾ, ਤਿਆਰੀ ਹੈ ਪੂਰੀ, ਕੋਈ ਗੱਲ ਨਹੀਂ ਅੱਗੇ ਢਿੱਲੇ ਰਹੇ ਬੰਦੇ ਸਾਡੇ ਜਿਵੇਂ ਚੋਣ 'ਚ, ਹੁਣ ਦੇਖਿਓ ਜੇ ਕੋਈ ਗੱਲ ਹੋਏਗੀ ਤਾਂ ਬਣਦਾ ਕੀ ਆ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ ਜਿੱਥੇ ਲੋਕ ਆਪਣੀ ਮਰਜ਼ੀ ਦੇ ਅਨੁਸਾਰ ਆਪਣੇ ਮਤਦਾਨ ਦਾ ਪ੍ਰਯੋਗ ਕਰਕੇ ਆਪਣੀ ਮਰਜ਼ੀ ਦੀ ਸਰਕਾਰ ਚੁਣਦੇ ਨੇ। ਵੱਖ ਵੱਖ ਭਾਸ਼ਾਵਾਂ, ਵੱਖ ਵੱਖ ਧਰਮਾਂ, ਵੱਖ ਵੱਖ ਬੋਲੀਆਂ ਅਤੇ ਵੱਖ ਵੱਖ ਰੀਤੀਆਂ ਰਿਵਾਜ਼ਾਂ ਦੇ ਨਾਲ ਸ਼ਿੰਗਾਰਿਆ ਹੋਇਆ ਭਾਰਤ ਦੇਸ਼ ਹੈ। ਹੁਣ ਆਖਰੀ ਗੇੜ ਦੇ ਵਿੱਚ, 7ਵੇਂ ਗੇੜ ਦੇ ਵਿੱਚ ਇਸ ਭਾਰਤ ਦੇਸ਼ ਦੀਆਂ ਆਖਰੀ ਚੋਣਾਂ ਜਿਹੜੀਆਂ ਉਹ ਅੱਜ ਹੋਣ ਜਾ ਰਹੀਆਂ ਨੇ। ਇਹਨਾਂ ਚੋਣਾਂ ਦੇ ਦੌਰਾਨ ਪੰਜਾਬ ਦੇ ਵਿੱਚ ਬਹੁਤ ਸਾਰੇ ਕੁਝ ਐਸੇ ਜ਼ਿਲ੍ਹੇ ਸੀ ਜਿਹੜੇ ਸੰਵੇਦਨਸ਼ੀਲ ਜਿਹੜੇ ਐਲਾਨੇ ਗਏ ਨੇ ਪ੍ਰਸ਼ਾਸਨ ਵੱਲੋਂ, ਉਹਨਾਂ ਦੇ ਵਿੱਚ ਇੱਕ ਜਿਹੜਾ ਗੁਰਦਾਸਪੁਰ, ਗੁਰਦਾਸਪੁਰ ਕਿਹਾ ਗਿਆ ਕਿ ਅਤਿ ਸੰਵੇਦਨਸ਼ੀਲ ਹੈ। ਔਰ ਸਾਡੇ ਨਾਲ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਜੀ, ਆਪ ਜੀ ਦਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੀ ਪ੍ਰਧਾਨਗੀ ਦੇ ਵਿੱਚ ਪਹਿਲੀ ਇਲੈਕਸ਼ਨ ਹੈ, ਇਹ ਚੈਲੰਜ ਕਿੱਦਾਂ ਅਕਸੈਪਟ ਕਰਦੇ? ਕੋਈ ਨਹੀਂ ਜੀ, ਇਲੈਕਸ਼ਨ ਤਾਂ ਭਾਵੇਂ ਮੇਰੀ ਪ੍ਰਧਾਨਗੀ 'ਚ ਪਹਿਲਾਂ ਆ, ਪਰ ਮੇਰਾ ਪੋਲੀਟੀਕਲੀ ਜਿਹੜਾ ਕੈਰੀਅਰ ਸਰਪੰਚੀ ਤੋਂ ਤਾਂ ਹੋਇਆ, ਮੈਂ ਚੋਣਾਂ ਸਾਰੀਆਂ ਲੜ ਕੇ, ਅਤੇ ਕੋਈ ਚੈਲੰਜ ਵਾਲੀ ਗੱਲ ਨਹੀਂ। ਪਾਰਟੀ ਨੂੰ ਲਾਮਬੰਦ ਕੀਤਾ ਹੈ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਮੈਨੂੰ ਪਿਛਲੀ ਮਾਰਚ 'ਚ ਬਣਾਇਆ ਸੀ, ਤਕਰੀਬਨ ਕੋਈ 1.25 ਸਾਲ ਹੋਇਆ, ਲਾਮਬੰਦ ਕੀਤਾ ਪਾਰਟੀ ਪਹਿਲਾਂ ਨਾਲੋਂ ਤਕੜੀ ਕੀਤੀ ਆ। ਜ਼ਿਲ੍ਹੇ 'ਚ ਸਰਕਲ ਜਥੇਦਾਰ ਬਣਾਏ ਨੇ, ਨਾਲ ਮੀਤ ਪ੍ਰਧਾਨ ਬਣਾਏ ਨੇ, ਅਤੇ ਸਮੂਥਲੀ ਪਾਰਟੀ ਦਾ ਕੰਮ ਬੜਾ ਵਧੀਆ ਚੱਲਦਾ। ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਬੀ ਜੇ ਪੀ ਦਾ ਸਮਝੌਤਾ ਆ, ਅਤੇ ਸਾਡੇ ਜਿਹੜੇ ਕੈਂਡੀਡੇਟ ਨੇ ਸੰਨੀ ਦਿਓਲ ਜੀ, ਉਹ ਬੀ ਜੇ ਪੀ ਵੱਲੋਂ ਆਏ ਨੇ, ਅਤੇ ਪੂਰੇ ਜ਼ੋਰ ਲਾ ਕੇ ਅਤੇ ਸਾਡੇ ਬੰਦਿਆਂ ਨੇ ਕੰਮ ਕੀਤਾ, ਔਰ ਯਕੀਨ ਨਾਲ ਕਹਿ ਸਕਦੇ ਹਾਂ ਕਿ 2.5 ਲੱਖ ਲੀਡ ਦੇ ਨਾਲ ਉਹ ਜਿੱਤਣਗੇ ਜੀ। ਬਿਲਕੁਲ, ਪਿਛਲੇ ਵਾਰੀ ਜਦ ਜਿਵਨੀ ਚੋਣਾਂ ਹੋਈਆਂ ਸੀ ਉਸ ਮੌਕੇ ਜਿਹੜਾ ਪ੍ਰਦਰਸ਼ਨ ਸੀ ਬੇਹੱਦ ਨਿਰਾਸ਼ਾਜਨਕ ਰਿਹਾ, ਔਰ ਇਸ ਵਾਰ ਸਰਕਾਰ ਤਾਂ ਉਹੀ ਹੈ, ਸਰਕਾਰ ਤਾਂ ਫਿਰ ਨਹੀਂ ਬਦਲੀ, ਸਰਕਾਰ ਤਾਂ ਪੰਜਾਬ 'ਚ ਫਿਰ ਕਾਂਗਰਸ ਹੀ ਹੈ, ਅਤੇ ਇਸ ਵਾਰੀ ਪ੍ਰਦਰਸ਼ਨ ਦੀ ਉਮੀਦ ਵਧੀਆ ਕਿਵੇਂ ਕੀਤੀ ਜਾ ਸਕਦੀ? 2-4 ਗੱਲਾਂ ਨੇ ਜੀ ਮੇਨ, ਵੀ ਉਦੋਂ ਇੱਕ ਤਾਂ 4.5 ਸਾਲ ਪੰਜਾਬ ਸਰਕਾਰ ਦੇ ਜਿਹੜੇ ਸੀਗੇ ਉਹ ਬਾਕੀ, ਅਤੇ ਲੋਕ ਸਮਝਦੇ ਵੀ ਜਿਹੜੇ ਨਾਲ ਝੂਠੇ ਵਾਅਦੇ ਕੀਤੇ ਨੇ ਜਦੋਂ ਸਰਕਾਰ ਬਣੀ ਕਾਂਗਰਸ ਦੀ, ਅਤੇ ਸ਼ਾਇਦ ਇਹ ਜਿਹੜੇ ਨੇ ਵੀ ਉਹ ਸਾਨੂੰ ਜਿਹੜੇ ਵਾਅਦੇ ਨੇ ਉਹ ਪੂਰੇ ਕਰਨਗੇ। ਇੱਕ ਥੋੜ੍ਹਾ ਜਿਹਾ ਲੋਕਾਂ ਦਾ ਇੱਧਰ ਨੂੰ ਮਨ ਸੀ, ਦੂਜਾ ਜਿਵਨੀ ਚੋਣ 'ਚ ਐਡਮਿਨਿਸਟ੍ਰੇਸ਼ਨ ਸਾਰੀ ਉਹਦੀ ਮਦਦ ਕਰਦੀ ਸੀ, ਅਤੇ ਉਹਦੇ ਕਰਕੇ ਵੀ ਧੱਕਾ ਹੋਇਆ। ਅਤੇ ਤੀਜੀ ਗੱਲ ਇਹ ਸੀ ਵੀ ਜਦੋਂ ਚੋਣ ਹੋਈ ਅਤੇ ਬਾਹਰ ਦੇ ਵਰਕਰ ਜਿਹੜੇ ਸਾਡੇ ਪਾਰਟੀਆਂ ਦੇ ਆਏ ਉਹ ਕੱਢਤੇ, ਕਾਂਗਰਸ ਵਾਲੇ ਰਹਿ ਪਏ, ਅਤੇ 20-25 ਬੰਦੇ ਨਾਲ ਲੈ ਕੇ ਜਿਹੜੇ ਬਾਹਰ ਦੇ MLA ਸੀ ਉਹਨਾਂ ਨੇ ਸਾਡੇ ਬੂਥਾਂ ਦੇ ਕਰਕੇ ਕਬਜ਼ੇ 'ਤੇ ਇੱਕ ਇੱਕ ਬੰਦੇ ਨੇ ਮਤਲਬ 30-30 ਵੋਟਾਂ ਪੰਜੇ ਨੂੰ ਪਾਈਆਂ ਉਹ ਤਾਂ ਕਰਕੇ। ਅਤੇ ਹੁਣ ਜਿਹੜਾ ਰੁਝਾਨ ਆ, ਇੱਕ ਤਾਂ ਚੋਣ ਕਮਿਸ਼ਨ ਵੱਲੋਂ ਸਖਤੀ ਵੀ ਹੈਗੀ ਆ, ਇੱਕ 2.5 ਸਾਲ 'ਚ ਕਾਰਗੁਜ਼ਾਰੀ ਕਾਂਗਰਸ ਸਰਕਾਰ ਦੀ ਪੰਜਾਬ 'ਚ ਕੋਈ ਨਹੀਂ, ਇੱਕ ਜਾਖੜ ਨੂੰ ਲੋਕਾਂ ਨੇ ਜਿਤਾਇਆ ਤਾਂ 2 ਸਾਲ 'ਚ ਉਹਨੇ ਕੰਮ ਕੋਈ ਨਹੀਂ ਕੀਤਾ। ਇੱਕ ਗੱਲ ਇਹ ਆ ਵੱਡੀ ਵੀ ਮੋਦੀ ਸਾਹਿਬ ਦੀਆਂ ਪਾਲਿਸੀਆਂ ਜਿਹੜੀਆਂ ਲੋਕਾਂ ਲਈ ਉਹ ਬੜੀਆਂ ਲੋਕ ਹਿੱਤ ਵਾਲੀਆਂ ਨੇ, ਕਿਸਾਨਾਂ ਦੇ ਖਾਤਿਆਂ 'ਚ ਪੈਸੇ ਆ ਰਹੇ ਨੇ, ਜਿਹੜਾ 6,000 ਸਾਲ ਦਾ ਝੋਨੇ ਦਾ ਰੇਟ ਜਿਹੜਾ ਕੁਇੰਟਲ ਦਾ 200 ਰੁਪਈਏ ਵਧਾ ਦਿੱਤਾ ਸੀਗਾ, ਕਣਕ ਦਾ ਜਿਹੜਾ ਭਾਅ ਸੀਗਾ ਉਹ 105 ਰੁਪਏ ਕੁਇੰਟਲ ਕਰਤਾ। ਤੁਹਾਨੂੰ ਲੱਗਦਾ ਇਹ ਜੋ ਵਾਅਦੇ ਸੀ ਜੋ ਤੁਸੀਂ ਕਹਿ ਰਹੇ ਮੋਦੀ ਸਰਕਾਰ ਦੇ, ਅੱਜ ਇੱਕ ਸੋਸ਼ਲ ਮੀਡੀਆ 'ਤੇ ਫਿਰ ਵਾਇਰਲ ਹੋਈ ਕਿ ਜਿਹੜਾ 2,000 ਰੁਪਈਆ ਕਿਹਾ ਗਿਆ ਸੀ ਆਇਆ ਵਾ, ਉਹ ਵੀ ਜਿਹੜਾ ਜੁਮਲਾ ਨਿਕਲਿਆ ਵਾ ਉਹ 2,000 ਰੁਪਈਏ ਦਾ ਮੈਸੇਜ ਜ਼ਰੂਰ ਆਇਆ, ਪੈਸਾ ਕਿਸੇ ਦੇ ਖਾਤੇ 'ਚ ਨਹੀਂ ਆਇਆ, ਅਤੇ ਜਿਨ੍ਹਾਂ ਦੇ ਆਇਆ ਉਹ ਵਿਦਡਰਾਅ ਕਰ ਲਿਆ ਗਿਆ? ਨਹੀਂ ਨਹੀਂ, ਕੋਈ ਐਸੀ ਗੱਲ ਨਹੀਂ, ਐਵੇਂ ਕਾਂਗਰਸੀ ਦਾ ਪ੍ਰਚਾਰ ਆ, ਉਹ ਪੈਸੇ ਲੋਕਾਂ ਕਢਾਏ ਨੇ, ਔਰ ਮੈਨੂੰ ਮੈਂ ਪਿੰਡਾਂ 'ਚ ਗਿਆ ਕੰਪੇਨ 'ਤੇ, ਸਾਰੇ ਲੋਕਾਂ ਮੈਨੂੰ ਦੱਸਿਆ ਵੀ ਇਹ ਬੜੀ ਵਧੀਆ ਪਾਲਸੀ ਆ, ਇਹ ਕੋਈ ਗੱਲ ਐਸੀ ਨਹੀਂ ਕਿਸੇ ਨੇ। ਬੱਬੇਹਾਲੀ ਜੀ, ਇਸ ਵੇਲੇ ਤੁਸੀਂ ਵੀ ਰਾਜਨੀਤੀ ਦੇ ਧੁਰੰਦਰ, ਔਰ ਕਾਂਗਰਸ ਪਾਰਟੀ ਵੱਲੋਂ ਵੀ ਜਿਹੜਾ ਕਿਹਾ ਜਾ ਰਿਹਾ ਕਿ ਪੱਟਾਂ 'ਤੇ ਤਾਪੀ ਮਾਰ ਮਾਰ ਕੇ ਵੀ ਇਸ ਵਾਰੀ ਗੁਰਦਾਸਪੁਰ ਦੇ ਵਿੱਚ ਅੱਗੇ ਨਾਲੋਂ ਵੀ ਵੱਡੀ ਲੀਡ ਜਿਹੜੀ ਆ ਉਹ ਕੱਢਣਗੇ ਤੁਹਾਡੇ ਆਪਣੇ ਹਲਕੇ? ਵੇਖੋ, ਇਹ ਹੁਣ 23 ਨੂੰ ਪਤਾ ਲੱਗ ਜਾਣਾ ਕਿ ਜਿਹੜੇ ਤੁਸੀਂ ਕਹਿੰਦੇ ਵੀ ਸਾਡੇ ਹਲਕੇ ਵਾਲੇ ਕਾਂਗਰਸੀ ਕਹਿੰਦੇ ਨੇ, ਇਹਨੂੰ ਪਿੱਛੋਂ 2.5 ਸਾਲਾਂ 'ਚ ਕੀਤਾ ਕੀ ਆ ਵੀ ਸਰਪੰਚ ਸਾਰੇ ਨੋਮੀਨੇਟ ਕਰਾਏ ਨੇ, ਲੋਕਾਂ 'ਚ ਬੜਾ ਵੱਡਾ ਗੁੱਸਾ ਆ, ਪੈਸੇ ਲੈ ਕੇ ਸਰਪੰਚ ਬਣੇ ਨੇ, ਕੰਮ ਇਹ ਕੋਈ ਕਰ ਨਹੀਂ ਸਕੇ, ਡਿਵੈਲਪਮੈਂਟ ਦੇ ਕਰਪਸ਼ਨ 'ਚ ਭਿੱਜੇ ਸਾਰਾ ਪਰਿਵਾਰ ਹੈ, ਅਤੇ ਇਹ ਪਰਚੇ ਲੋਕਾਂ ਦੇ ਕਿਰਾਏ ਨੇ, ਬੜਾ ਵੱਡਾ ਰੋਸ ਆ ਲੋਕਾਂ 'ਚ, ਇਹ ਲੱਗ ਜਾਣਾ 23 ਨੂੰ ਪਤਾ ਵੀ ਕਿੰਨੇ ਕੁ ਲੀਡ ਆਉਂਦੀ ਆ। 15,73,000 ਦੇ ਕਰੀਬ ਵੋਟਰ ਨੇ ਜੀ ਗੁਰਦਾਸਪੁਰ, ਪੂਰੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ, ਇਹ ਕਿੰਨੀ ਕੁ ਪਰਸੈਂਟੇਜ ਦੀ ਉਮੀਦ ਰੱਖੀ ਕਿ ਇੰਨੇ ਕੁ ਵੋਟ ਹੋ ਸਕਦੇ? ਮੇਰੇ ਖਿਆਲ ਦੇ ਵਿੱਚ ਲੋਕਾਂ 'ਚ ਬੜਾ ਉਤਸ਼ਾਹ ਆ, ਮੋਦੀ ਸਾਹਿਬ ਨੂੰ ਦੁਬਾਰਾ ਪ੍ਰਧਾਨ ਮੰਤਰੀ ਵੇਖਣਾ ਚਾਹੁੰਦੇ ਨੇ, ਅਤੇ ਸੰਨੀ ਦਿਓਲ ਦੀ ਬੜੀ ਕਰੇਜ਼ ਆ,
ਅਤੇ ਸਵਰਗੀ ਵਿਨੋਦ ਖੰਨਾ ਜੀ ਨੇ ਬੜੇ ਕੰਮ ਕਰਾਏ ਸੀਗੇ ਅਤੇ ਲੋਕ ਆਸ ਕਰਦੇ ਨੇ ਸੰਨੀ ਦਿਓਲ 'ਤੇ ਵੀ ਇਹਨੇ ਕੰਮ ਕਰਾਉਣੇ ਨੇ। ਮੇਰੇ ਖਿਆਲ 70-75% ਪੋਲਿੰਗ ਹੋ ਜਾਏਗੀ। ਜਿਹੜੇ ਸਿੱਖ ਸੰਗਠਨ ਕਾਲੀਆਂ ਝੰਡੀਆਂ ਲੈ ਕੇ ਜਿਹੜੇ ਪਿੰਡਾਂ ਦੇ ਵਿੱਚ ਵਿਰੋਧ ਵਾਸਤੇ ਕੱਲ੍ਹ ਇੱਕ ਰੈਲੀ ਵੀ ਉਹਨਾਂ ਕੱਢੀ, ਖਾਸ ਕਰਕੇ ਹਲਕਾ ਗੁਰਦਾਸ ਘੁਮਾਣਾ ਤੋਂ ਲੈ ਕੇ ਡੇਰਾ ਬਾਬਾ ਨਾਨਕ ਨੂੰ ਲੈ ਕੇ, ਪਰ ਉਹਦੇ ਵਿੱਚ ਖਾਸ ਕਰ ਉਹਨਾਂ ਨਿਸ਼ਾਨਾ ਰੱਖਿਆ ਸੁੱਚਾ ਸਿੰਘ ਲੰਗਾਹ ਨੂੰ, ਅਤੇ ਇਹਦੇ ਨਾਲ ਕਿੰਨਾ ਕੁ ਅਸਰ ਪਏਗਾ? ਵੇਖੋ, ਉਹ ਤਾਂ ਹੁਣ ਲੰਗਾਹ ਦੀ ਆਪਣੀ ਮਰਜ਼ੀ ਆ, ਐਵੇਂ ਤੁਰਿਆ ਫਿਰਦਾ ਨਾ ਕੋਈ ਗੱਲ ਨਾ ਬਾਤ, ਜਿੰਨ ਚਿਰ ਅਕਾਲ ਤਖ਼ਤ ਉਹਨੂੰ ਮਾਫ਼ ਨਹੀਂ ਕਰਦਾ ਤਾਂ ਉਹਨੂੰ ਜਾਣਾ ਨਹੀਂ ਚਾਹੀਦਾ, ਦੂਜੇ ਇਸ਼ੂ ਬਣਾ ਲੈਂਦੇ ਨੇ ਵੀ ਇਹ ਉਹਦਾ ਵਿਰੋਧ ਕਰਦੇ ਨੇ ਅਤੇ ਅਕਾਲੀ ਦਲ ਦੇ ਉੱਤੇ ਗੱਲ। ਅਕਾਲੀ ਦਲ ਦਾ ਲੰਗਾਹ ਨਾ ਕੋਈ ਤਲਕ ਨਹੀਂ, ਉਹਨੂੰ ਝੰਡੀਆਂ ਦਿਖਾਉਣ, ਉਹਨੂੰ ਚਿੱਟੀਆਂ ਦਿਖਾਉਣ, ਉਹਨੂੰ ਕਾਲੀਆਂ ਦਿਖਾਉਣ, ਨਾ ਉਹਨੂੰ ਪਾਰਟੀ 'ਚ ਹੀ ਲਿਆ, ਨਾ ਉਹਨੂੰ ਅਕਾਲ ਤਖ਼ਤ ਨੇ ਮਾਫ਼ ਕੀਤਾ, ਉਹ ਐਵੇਂ ਅਕਾਲੀ ਦਲ ਨਾਲ ਜੋੜ ਕੇ ਗੱਲ ਕਰਦੇ, ਉਹ ਇੰਡੀਵਿਜੁਅਲ ਗੱਲ ਆ, ਉਹ ਜਾਂਦਾ ਤਾਂ ਉਹਨੂੰ ਰੋਕਣ, ਸਾਨੂੰ ਤਾਂ ਕੋਈ ਇਤਰਾਜ਼ ਨਹੀਂ। ਬਾਬੇ ਹਾਲੀ ਜੀ, ਇਹ ਸਵਾਲ ਉੱਠਦਾ ਹੈ ਕਿ ਜੇਕਰ ਉਹਨੂੰ ਨਹੀਂ ਲਿਆ ਕਿਸੇ ਪਾਰਟੀ ਨੇ, ਅਕਾਲੀ ਦਲ ਨੇ ਨਹੀਂ ਲਿਆ, ਔਰ ਮਾਫ਼ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਹੀਂ ਕੀਤਾ ਗਿਆ ਉਹਨਾਂ ਨੂੰ, ਫਿਰ ਉਹਨਾਂ ਦੀ ਇਕੱਠ 'ਚ ਇੰਨੀ ਬਹੁ ਗਿਣਤੀ 'ਚ ਜਾਣ ਵਾਲੇ ਅਕਾਲੀ ਦਲ ਜਿਹੜੇ ਨੇ ਉਹ ਤੁਹਾਡੇ ਆਖੇ ਵੇਖੇ 'ਚ ਨਹੀਂ ਹੈ, ਕਿਉਂਕਿ ਪ੍ਰਧਾਨ ਤਾਂ ਤੁਸੀਂ ਨਹੀਂ? ਜੇ ਤਾਂ ਕੋਈ ਅਹੁਦੇਦਾਰ ਜਾਏ ਅਤੇ ਅਹੁਦੇਦਾਰ ਤਾਂ ਅਸੀਂ ਕਹਿ ਸਕਦੇ ਹਾਂ ਵੀ ਤੁਸੀਂ ਕਿੱਦਾਂ ਜਾ ਰਹੇ ਨੇ, ਜਿਹੜਾ ਆਮ ਵੋਟਰ ਆ ਉਹ ਫਿਰ ਕਈ ਵਾਰੀ ਚੱਲ ਜਾਂਦਾ, ਅਤੇ ਇਸ ਕਰਕੇ ਉਹ ਵੋਟਰ ਨੂੰ ਨਹੀਂ ਕੋਈ ਕਹਿ ਸਕਦੇ, ਅਤੇ ਨਾ ਹੀ ਲੰਗਾਹ ਨੂੰ ਕਹਿ ਸਕਦੇ ਹਾਂ ਵੀ ਤੂੰ ਕੱਲ੍ਹ ਦੀ ਮਤ ਨਾ ਕਰ। ਹੁਣ ਤੁਸੀਂ ਜਾਣਨ ਵਾਲੇ ਜੇ ਤੁਸੀਂ ਸਾਡੀ ਤਕੜੀ ਦਾ ਝੰਡਾ ਚੁੱਕ ਕੇ ਤੁਰ ਪੋਗੇ, ਤੁਹਾਡਾ ਇੰਡੀਵਿਜੁਅਲ ਫੈਸਲਾ ਆ, ਸਾਡਾ ਲੰਗਾਹ ਨਾ ਕੋਈ ਤਰਕ ਨਹੀਂ, ਜਿੰਨ ਚਿਰ ਉਹ ਪਾਰਟੀ 'ਚ ਨਹੀਂ ਆਉਂਦਾ ਜਾਂ ਉਹਨੂੰ ਪਾਰਟੀ 'ਚ ਲੈਂਦੇ ਨਹੀਂ, ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਨਹੀਂ ਮੰਗਦੀ, ਅਤੇ ਇਹ ਇਸ ਕਰਕੇ ਇਸ਼ੂ ਬਣਾ ਲੈਂਦੇ ਨੇ ਸਤਿਕਾਰ ਕਮੇਟੀ ਵਾਲੇ ਜਾਂ ਦੂਜੇ ਨਿਹੰਗ ਜਥੇਬੰਦੀਆਂ। ਇਹ ਲੰਗਾਹ ਨੂੰ ਸੋਚਣਾ ਚਾਹੀਦਾ, ਅਸਰ ਪਏਗਾ ਜੀ ਇਹਦਾ? ਨਹੀਂ, ਸਾਡੇ ਅਕਾਲੀ ਦਲ 'ਤੇ ਕੋਈ ਅਸਰ ਨਹੀਂ ਇਹਦਾ, ਕਿਉਂਕਿ ਇਹਨੂੰ ਪਾਰਟੀ 'ਚ ਨਹੀਂ ਲਿਆ। ਜੇ ਉਹਦੀ ਕੋਈ ਗਲਤੀ ਹੈਗੀ ਤਾਂ ਉਹਨੂੰ ਪਾਰਟੀ 'ਚ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੱਢਤਾ, ਅਕਾਲ ਤਖ਼ਤ ਨੇ ਉਹਨੂੰ ਕਿਹਾ ਵੀ ਤੂੰ ਜਥੇਬੰਦੀ ਦੇ ਤੌਰ ਦੇ ਉੱਤੇ ਕਿਤੇ ਕੰਮ ਨਹੀਂ ਕਰਨਾ, ਸ਼੍ਰੋਮਣੀ ਕਮੇਟੀ 'ਚ ਉਹਨੂੰ ਕੱਢ ਦਿੱਤਾ ਆਪਣੀ 'ਚ, ਹੋਰ ਇਹ ਤੋਂ ਵੱਧ ਅਸੀਂ ਕੀ ਕਰਦੇ? ਰੋਜ਼ਾਨ ਕੈਸੇ ਰਹੇ? ਸਵੇਰ ਤੋਂ ਸ਼ਾਂਤਮਈ ਨੇ, ਫਿਲਹਾਲ ਤਾਂ ਸ਼ਾਂਤਮਈ ਨੇ, ਅਤੇ ਬਾਕੀ ਜੇ ਕੋਈ ਗੱਲ ਹੋਏਗੀ ਤਾਂ ਸਾਡੇ ਵਰਕਰ ਡਟੇ ਨੇ ਬੂਥਾਂ 'ਚ, ਤਿਆਰੀ ਹੈ ਪੂਰੀ, ਕੋਈ ਗੱਲ ਨਹੀਂ, ਅੱਗੇ ਢਿੱਲੇ ਰਹੇ ਬੰਦੇ ਸਾਡੇ ਜ਼ਮੀਨ ਚੋਣ 'ਚ, ਹੁਣ ਵੇਖਿਓ ਜੇ ਕੋਈ ਗੱਲ ਹੋਏਗੀ ਤਾਂ ਬਣਦਾ ਕੀ ਆ। ਇਸ ਵੇਲੇ ਕਿਹੜੇ ਹਲਕੇ 'ਚ ਇਸ ਤਰ੍ਹਾਂ ਜਾਂ ਕਿਹੜਾ ਬੂਥ ਕਿੱਥੇ ਲੱਗ ਰਿਹਾ ਤੁਹਾਨੂੰ ਕੀ ਇਹ ਸੈਂਸਿਟਿਵ ਹੈ, ਔਰ ਉੱਥੇ ਜਿਹੜਾ ਵਾ ਤੁਹਾਡੀ ਤਿਆਰੀ ਜਿਹੜੀ ਆ ਬਿਲਕੁਲ ਕੱਸ ਕੇ ਕੀਤੀ ਹੋਈ ਹੈ, ਔਰ ਹੌਸਲੇ ਜਿਹੜੇ ਵਰਕਰਾਂ ਦੇ ਤੁਹਾਡਿਆਂ ਦੇ ਬੁਲੰਦ ਨੇ? ਨਹੀਂ, ਸਾਰੇ ਹਲਕਿਆਂ ਦੇ ਵਿੱਚ ਮੈਂ ਗਿਆ ਤਾਂ ਸਾਰੇ ਸਾਡੇ ਬੂਥਾਂ 'ਤੇ ਸਾਡੇ ਸਾਰੇ ਵਰਕਰਾਂ ਦੇ ਹੌਸਲੇ ਬੁਲੰਦ ਨੇ, ਕੋਈ ਐਸੀ ਗੱਲ ਨਹੀਂ। ਬਾਕੀ ਸੈਂਸਟਰ ਬੂਥ ਜਿਹੜੇ ਨੇ, ਜਿੱਦਾਂ ਦਾ ਪਾਲਿਸੀ ਹੁੰਦੀ ਚੋਣ ਕਮਿਸ਼ਨ ਦੀ, ਉਹਦੇ ਮੁਤਾਬਕ ਡਿਕਲੇਅਰ ਹੋਏ ਨੇ ਪਹਿਲੇ ਵੇਖ ਕੇ, ਅਤੇ ਉਹ ਵਾਚ ਕਰ ਰਹੇ ਨੇ ਸਾਰੀ ਗੱਲ। ਪ੍ਰਸ਼ਾਸਨ ਦੇ ਪ੍ਰਬੰਧ ਕੈਸੇ ਲੱਗੇ ਤੁਹਾਨੂੰ? ਪ੍ਰਸ਼ਾਸਨ ਦੇ ਫਿਲਹਾਲ ਤਾਂ ਪ੍ਰਬੰਧ ਠੀਕ ਹੀ ਮੈਂ ਕਹਿੰਦਾ ਹਾਂ, ਤਾਂ ਜੇ ਨਹੀਂ ਪ੍ਰਸ਼ਾਸਨ ਕਰੇਗਾ ਠੀਕ ਤਾਂ ਫਿਰ ਤੁਹਾਨੂੰ ਦੱਸ ਦਾਂਗੇ 12 ਵਜੇ। ਅਤੇ ਬੂਥ ਕੈਪਚਰ ਹੋਣ ਦੀ ਵੀ ਸੰਭਾਵਨਾ ਹੈਗੀ? ਨਹੀਂ, ਕੋਈ ਬਹੁਤੀ ਆਸ ਹੈ ਨਹੀਂ, ਜੇ ਕਰਨਗੇ ਤਾਂ ਪਤਾ ਲੱਗ ਜਾਏਗਾ, ਪਰ ਫਿਲਹਾਲ ਕੋਈ ਰਿਪੋਰਟ ਨਹੀਂ। ਮੈਂ ਸ਼੍ਰੋਮਣੀ ਅਕਾਲੀ ਦਲ ਦੀ ਕੈਸੀ ਤਿਆਰੀ ਹੈ? ਪੂਰੀ ਤਿਆਰੀ ਹੈ ਜੀ, ਪੂਰੀ ਤਿਆਰੀ ਆ, ਦਿਨ 20 ਹੋ ਗਏ ਨੇ, ਟਿਕਟ ਵੀ ਨਹੀਂ ਹਾਲੇ ਮਿਲੀ ਸੰਨੀ ਦਿਓਲ ਨੂੰ, ਅਤੇ ਅਸੀਂ ਉਦੋਂ ਦਾ ਸਾਰਾ ਜ਼ਿਲ੍ਹਾ ਘੁੰਮਾ ਛੱਡਿਆ, ਅਤੇ ਦਿਨ ਰਾਤ ਲਾਤਾ ਆ, ਵਰਕਰ ਤਕੜੇ ਨੇ, ਸਾਰੇ ਹਲਕਿਆਂ 'ਚੋਂ ਲੀਡ ਆਉਣੀ ਆ, ਬੜੀ ਵੱਡੀ ਲੀਡ। ਤਿੰਨ ਤਿੰਨ ਮੰਤਰੀ ਨੇ ਇਸ ਹਲਕੇ ਦੇ ਵਿੱਚ, ਔਰ ਦੋ ਮੰਤਰੀ ਤਾਂ ਦਹਾੜ ਦਹਾੜ ਕੇ ਜਿਹੜੇ ਨੇ ਨਾ ਉਹ ਕਹਿ ਰਹੇ ਨੇ ਕਿ ਅਸੀਂ ਪਰਵਾਹ ਨਾ ਕਰੋ। ਹੁਣ ਤਾਂ ਕਹੀਏ ਤ੍ਰਿਪਤ ਬਾਜਵੀ ਨੇ ਵੀ ਆਪਣੇ ਵਰਕਰਾਂ ਨੂੰ ਇੰਨੀ ਗੱਲ ਕਹਿ ਦਿੱਤੀ ਹੈ ਕਿ ਪਿਛਲੀ ਵਾਰੀ ਤਾਂ ਤੁਸੀਂ ਕਿਸੇ ਨੂੰ ਕੁਛ ਕਹਿ ਨਹੀਂ, ਪਰ ਜੇ ਐਰਕੀ ਕੋਈ ਗੱਲ ਹੋਵੇ ਤਾਂ ਛੱਡਿਓ ਵੀ ਨਾ। ਅਤੇ ਪਿਛਲੀ ਵਾਰੀ ਉਹਨਾਂ ਘੱਟ ਕੀਤੀ, ਪਿਛਲੀ ਵਾਰੀ ਤਾਂ ਬਹੁਤੀ ਜਾਤੀ ਵੀ ਐਰਕਾ ਉਹਨਾਂ ਕੀ ਕਰਨਾ ਐਰਕਾ, ਅਤੇ ਤੁਹਾਨੂੰ ਪਹਿਲਾਂ ਦੱਸਿਆ ਵੀ ਉਹ ਐਡਮਿਨਿਸਟ੍ਰੇਸ਼ਨ ਨਾਲ ਹੀ, ਅਤੇ ਹੁਣ 2.5 ਸਾਲਾਂ ਦੇ ਵਿੱਚ ਮੰਤਰੀਆਂ ਦਾ ਵਿਰੋਧ ਵੀ ਬੜਾ ਨਾ, ਉਹਦਾ ਵੀ ਸਾਨੂੰ ਫਾਇਦਾ ਹੋਣਾ ਕੰਮ, ਉਹਨਾਂ ਵੀ ਨਹੀਂ ਕੋਈ ਚੱਜਦਾ ਕੀਤਾ। ਸੋ ਇਸ ਕਰਕੇ ਮਤਲਬ ਇਹ ਐਵੇਂ ਅਖਬਾਰੀ ਖਬਰਾਂ ਨੇ ਜੋ ਮਰਜ਼ੀ ਬੰਦਾ। ਬਬਿਆਲੀ ਜੀ, ਇੱਕ ਚੀਜ਼ ਦੱਸੋ, ਤੁਸੀਂ ਪ੍ਰਸ਼ਾਸਨ 'ਚ ਵਿਚਰਦੇ ਹੋ, ਇਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਕਿ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਹੈ ਉਹ ਹੁਣ ਤਾਂ ਸਮਝੇ ਬੈਠੇ ਆ ਕਿ ਜਿਹੜੀ ਅਗਲੀ ਸਰਕਾਰ ਅਕਾਲੀ ਦਲ ਦੀ ਹੈ? ਦੇਖੋ, ਫੋਨ ਤਾਂ ਮੈਨੂੰ ਆਉਣੇ ਸ਼ੁਰੂ ਹੋ ਗਏ ਨੇ, ਅਤੇ 23 ਤੋਂ ਬਾਅਦ ਜਿਹੜਾ ਪਾਸਾ ਬਿਲਕੁਲ ਪਲਟ ਜਾਣਾ ਵੇ, ਪਤਾ ਹੀ ਹੈ ਲੋਕਾਂ ਨੂੰ ਵੀ ਜਦੋਂ ਉਹਨਾਂ ਕੀਤਾ ਹੀ ਕੱਖ ਨਹੀਂ ਤਾਂ ਸਰਕਾਰ ਸਾਡੀ ਆਉਣੀ ਹੈ, ਹੋਰ ਤਾਂ ਕਿਹੜੀ ਆਉਣੀ ਨਹੀਂ। ਇਹ ਸਰ ਸਾਡੇ ਨਾਲ ਗੁਰਪਾਚਨ ਸਿੰਘ ਜੀ, ਬਾਬੇ ਹਾਲੀ ਜੀ ਦੇ ਕੋਲ ਇੰਚਾਰਜ ਜੀ, ਜਿਹੜੇ ਇੰਚਾਰਜ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ, ਔਰ ਜ਼ਿਲ੍ਹਾ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਗੁਰਦਾਸਪੁਰ ਤੋਂ, ਵਿਭਾਗ ਅੰਦਾਜ਼ ਦੇ ਵਿੱਚ ਉਹਨਾਂ ਨੇ ਆਪਣੀ ਤਿਆਰੀ ਦੱਸੀ ਹੈ। ਵਿਭਾਗ ਅੰਦਾਜ਼ 'ਚ ਆਪਣੇ ਵਰਕਰਾਂ ਦਾ ਹੌਸਲਾ ਵਧਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਜੇਕਰ ਕਿਤੇ ਵੀ ਕੋਈ ਐਸੀ ਹਰਕਤ ਹੁੰਦੀ, ਕੋਈ ਕਾਨੂੰਨ ਨੂੰ ਹੱਥ ਲੈਂਦਾ, ਤਾਂ ਉਹਨਾਂ ਦਾ ਮੂੰਹ ਤੋੜਵਾਂ ਜਵਾਬ ਜਿਹੜਾ ਵਾ ਉਹ ਦੇਣ ਨੂੰ ਤਿਆਰ ਨੇ, ਪਿੱਠ ਦਾ ਜਵਾਬ ਪੱਥਰ ਨਾਲ ਦੇਣਗੇ। ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਪੂਰੀ ਤਾਕਤ ਜਿਹੜੀ ਹੈ ਇਹ ਇਲੈਕਸ਼ਨਾਂ ਨੂੰ ਜਿੱਤਣ ਦੇ ਵਿੱਚ ਲਗਾ ਰਿਹਾ, ਇਸੇ ਤਰ੍ਹਾਂ ਕਿਉਂਕਿ ਗੁਰਬਚਨ ਸਿੰਘ ਬੱਬੇਹਾਲੀ ਇੱਕ ਬਹੁਤ ਹੀ ਪਾਪੂਲਰ ਲੀਡਰ ਨੇ, ਇਹ ਖੇਡਾਂ ਦੇ ਲੈ ਕੇ ਹੋਰ ਵੀ ਜੋ ਨੌਜਵਾਨਾਂ ਵਾਸਤੇ ਕੰਮ ਕਰਦੇ ਨੇ ਉਹਨਾਂ ਨੂੰ ਲੈ ਕੇ ਬੇਹੱਦ ਪਾਪੂਲਰ ਨੇ। ਪਰ ਹੁਣ ਸਵਾਲ ਇਹ ਪੈਦਾ ਹੁੰਦਾ, 23 ਤਰੀਕ ਨੂੰ ਇਸ ਹਲਕੇ ਤੋਂ ਰਿਜ਼ਲਟ ਕੀ ਨਿਕਲਦੇ ਨੇ, ਐਰ ਕੀ ਇਹਨਾਂ ਦੀ ਵੀ ਵਾਸਤੇ ਵੀ ਇੱਕ ਇਮਤਿਹਾਨ ਦੀ ਕੜੀ ਹੈ ਕਿ ਇਸ ਵਾਰ ਪਹਿਲੀ ਇਲੈਕਸ਼ਨ ਹੈ ਔਰ ਜ਼ਿਲ੍ਹੇ